ਬਹੁਤ ਹੀ ਸਵਾਗਤ ਹੈ ਜੀ ਸਾਰਿਆਂ ਦਾ। ਮੈਂ ਸੁਰਿੰਦਰ ਡੱਲਾ, ਇੱਕ ਬਹੁਤ ਇੰਪੋਰਟੈਂਟ ਸ਼ੋਅ ਕਰਾਂਗੇ ਅੱਜ। ਪਿਨੈਕਲ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਕੰਸਲਟਿੰਗ ਪ੍ਰਾਈਵੇਟ ਲਿਮਿਟਡ ਤੋਂ ਤੀਰਥ ਸਿੰਘ ਜੀ ਸਾਡੇ ਨਾਲ ਮੌਜੂਦ ਨੇ, ਔਰ ਪੰਜਾਬ 'ਚ ਔਰ ਇੰਡੀਆ 'ਚ ਰਿਫਿਊਜ਼ਲਸ ਕਾਫੀ ਵੱਡੀ ਮਿਕਦਾਰ ਦੇ ਵਿੱਚ ਆ ਰਹੀਆਂ ਨੇ। ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਵਿਦਿਆਰਥੀ ਨੇ ਜਿਨ੍ਹਾਂ ਨੂੰ ਰਿਫਿਊਜ਼ਲਸ ਦਾ ਸਾਹਮਣਾ ਕਰਨਾ ਪੈ ਰਿਹਾ। ਹਾਲਾਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਅਪਰੂਵਲ ਇਨ ਪ੍ਰਿੰਸੀਪਲ ਵੀ ਆ ਰਹੇ ਨੇ, AIP ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਪਰ ਰਿਫਿਊਜ਼ਲ ਵੀ ਆ ਰਹੇ ਨੇ। ਔਰ ਕੁਝ ਸਮਾਂ ਪਹਿਲਾਂ ਤੱਕ ਸਿਰਫ AIP ਆ ਰਹੇ ਸੀ, ਉਦੋਂ ਇੰਝ ਲੱਗਦਾ ਸੀ ਕਿ ਸ਼ਾਇਦ ਇਸ ਵਾਰ ਰਿਫਿਊਜ਼ਲ ਨਾ ਮਾਤਰ ਹੋਣਗੇ ਔਰ AIP ਬਹੁਤ ਜ਼ਿਆਦਾ ਹੋਣਗੇ, ਪਰ ਰਿਫਿਊਜ਼ਲ ਵੀ ਕਾਫੀ ਤੇਜ਼ੀ ਦੇ ਨਾਲ ਆ ਰਹੇ ਨੇ, ਜਿਸ ਕਰਕੇ ਬਹੁਤ ਸਾਰੇ ਸਟੂਡੈਂਟ ਨੇ ਜਿਨ੍ਹਾਂ ਨੂੰ ਰਿਫਿਊਜ਼ਲ ਮਿਲ ਰਿਹਾ ਹੈ, ਉਹ ਥੋੜ੍ਹੇ ਜਿਹੇ ਇਸ ਵਕਤ ਦੁਵਿਧਾ ਵਾਲੀ ਸਥਿਤੀ 'ਚ ਹੈ, ਦੁਚਿੱਤੀ 'ਚ ਹੈ, ਕਨਫਿਊਜ਼ਨ ਦੀ ਸਟੇਜ 'ਤੇ ਨੇ ਕਿ ਸਾਡਾ ਰਿਫਿਊਜ਼ਲ ਕਿਉਂ ਆ ਗਿਆ, ਰਿਫਿਊਜ਼ਲ ਦੇ ਰੀਜ਼ਨ ਕੀ ਸੀ। ਕਿਉਂਕਿ ਆਪਣੇ ਵੱਲੋਂ ਵਿਦਿਆਰਥੀਆਂ ਨੂੰ ਪੂਰੀ ਆਸ ਹੁੰਦੀ ਹੈ ਜਦੋਂ ਫਾਈਲ ਸਬਮਿਟ ਕਰਦੇ ਹੈ, ਆਪਣੇ ਵੱਲੋਂ ਹਰ ਵਿਦਿਆਰਥੀ ਇਹ ਮੰਨ ਕੇ ਚੱਲਦਾ ਹੈ ਕਿ ਉਹਨੇ ਕੋਈ ਕਮੀ ਨਹੀਂ ਛੱਡੀ ਅਤੇ ਉਹਦੀ ਜਿਹੜਾ ਵੀਜ਼ਾ ਐਪਲੀਕੇਸ਼ਨ ਹੈ ਉਹ ਜ਼ਰੂਰ ਉਹਨੂੰ ਗ੍ਰਾਂਟ ਹੋਏਗੀ। ਪਰ ਇਸ ਤਰ੍ਹਾਂ ਨਹੀਂ ਹੁੰਦਾ। ਕਿਹੜੇ ਕਾਰਨ ਨੇ ਜਿਹਦੇ ਕਰਕੇ ਰਿਫਿਊਜ਼ਲ ਇੰਨੇ ਜ਼ਿਆਦਾ ਕੈਨੇਡਾ ਤੋਂ ਆ ਰਹੇ ਨੇ, ਇਹ ਵਿਸ਼ਾ, ਇਹਦੇ ਨਾਲ ਨਾਲ ਹਾਈਬ੍ਰਿਡ ਕੋਰਸਿਸ ਦੀ ਵੀ ਗੱਲ ਕਰਾਂਗੇ। ਬਹੁਤ ਸਾਰੇ ਸਟੂਡੈਂਟਸ ਨੂੰ AIP ਆ ਗਈ, ਹਾਈਬ੍ਰਿਡ ਕੋਰਸਿਸ ਨੇ ਉਹਨਾਂ ਦੇ, ਉਹ ਪੜ੍ਹਨਾ ਚਾਹੁੰਦੇ ਨੇ, ਔਨਲਾਈਨ ਵੀ ਪੜ੍ਹਨਾ ਚਾਹੁੰਦੇ ਨੇ, ਪਰ ਪੋਸੀਬਲ ਨਹੀਂ ਹੋ ਰਿਹਾ ਇਸ ਵਕਤ, ਟਰੈਵਲ ਦੀਆਂ ਸਥਿਤੀਆਂ ਵੀ ਨਹੀਂ ਨੇ। ਇਹ ਸਾਰੀਆਂ ਕਨਫਿਊਜ਼ਨਸ ਨੇ ਜਿਹੜੀਆਂ ਅੱਜ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਤੀਰਥ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਡੱਲਾ ਜੀ। ਪ੍ਰੋਗਰਾਮ ਦੇਖਦੇ ਸਾਰੇ ਮੇਰੇ ਛੋਟੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਤੀਰਥ ਜੀ, ਰਿਫਿਊਜ਼ਲ ਕਿੰਨੇ ਕੁ ਆ ਰਹੇ ਹੈ, ਕਿਉਂ ਆ ਰਹੇ ਹੈ, ਰੀਜ਼ਨ ਕੀ ਹੈ? ਜਿਹੜੇ ਰਿਫਿਊਜ਼ਲ ਆ ਰਹੇ ਨੇ, ਤੁਸੀਂ ਪ੍ਰੋਫਾਈਲ ਜ਼ਰੂਰ ਐਕਸੈਸ ਕੀਤੇ ਹੋਣੇ ਨੇ, ਉਹ ਪ੍ਰੋਫਾਈਲਸ ਦੇ ਮੁਤਾਬਕ ਕਮੀਆਂ ਕਿੱਥੇ ਰਹਿ ਗਈਆਂ? ਮੈਂ ਚਾਹੂੰਗਾ ਕਿ ਸਾਰਾ ਵਿਸਥਾਰ 'ਚ ਜ਼ਰੂਰ ਦੱਸੋ। ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਸਾਰੇ ਮੇਰੇ ਜਿਹੜੇ ਛੋਟੇ ਭੈਣ ਭਰਾਵਾਂ ਨੂੰ, ਉਹਨਾਂ ਨੂੰ ਮੈਂ ਕਹੂੰਗਾ ਕਿ ਅਸੀਂ ਜਿੱਦਾਂ ਪਹਿਲੇ ਦਿਨ ਤੋਂ ਹੀ ਕਹਿ ਰਹੇ ਆ ਇਸੇ ਮੰਚ 'ਤੇ ਕਹਿ ਰਹੇ ਹਾਂ ਕਿ ਹਰ ਕਿਸੇ ਨੂੰ AIP ਨਹੀਂ ਹੋਊਗਾ। ਕਿ AIP ਦਾ ਵੀ ਉਹਨਾਂ ਨੇ ਇੱਕ ਪੈਟਰਨ ਰੱਖਿਆ ਹੋਇਆ ਸਿਸਟਮ ਆ, ਜੇ ਤੁਸੀਂ ਉਹਨਾਂ ਦੀਆਂ ਜਿਹੜੀਆਂ ਵੀ ਆ ਜਸਟੀਫਿਕੇਸ਼ਨ ਸਾਰੀਆਂ ਪ੍ਰੋਵਾਈਡ ਕਰਦੇ ਹਾਂ, ਸੈਟਿਸਫਾਈ ਕਰਦੇ ਹਾਂ ਆਪਣੀਆਂ ਇੰਟੈਂਸ਼ਨਸ ਨੂੰ, ਡਾਕੂਮੈਂਟਸ ਪ੍ਰੋਪਰ ਜਾਂਦੇ, ਤਾਂ ਹੀ AIP ਆਉਣਗੀਆਂ। ਕਿਉਂਕਿ ਪਿੱਛੇ ਦੇ ਮਾਰਕੇਟ 'ਚ ਬਹੁਤ ਅਫਵਾਹ ਉੱਡ ਗਈ ਸੀ ਕਿ ਸਾਰਿਆਂ ਦੀ ਹੀ AIP ਆਊਗੀ, ਪਰ ਜਿੱਦਾਂ ਹੁਣ ਰਿਫਿਊਜ਼ਲਸ ਆਉਣੀਆਂ ਸ਼ੁਰੂ ਹੋ ਗਈਆਂ, ਅਤੇ ਇੱਕ ਗੱਲ ਹੋਰ ਆ, ਜਿਨ੍ਹਾਂ ਦੀਆਂ ਰਿਫਿਊਜ਼ਲਸ ਆਈਆਂ, ਕਿਸੇ ਨੇ ਵੀ ਹਿੰਮਤ ਨਹੀਂ ਛੱਡਣੀ ਹੈਗੀ। ਇੱਕ ਵਾਰੀ ਕਹੂੰਗਾ, ਜਦੋਂ ਤੁਹਾਡੀ ਰਿਫਿਊਜ਼ਲ ਆਈ, ਆਪਣੀ ਰਿਫੰਡ ਪਾਉਣ ਤੋਂ ਪਹਿਲਾਂ ਇੱਕ ਵਾਰੀ ਸਾਡੇ ਤੋਂ ਸਲਾਹ ਜ਼ਰੂਰ ਲਓ। ਅਸੀਂ ਤੁਹਾਡੇ ਤੋਂ ਕੋਈ ਪੈਸੇ ਨਹੀਂ ਲਵਾਂਗੇ ਸਲਾਹ ਲੈਣ ਦੇ, ਬਾਕੀ ਜਿਹੜਾ ਡਿਸੀਜ਼ਨ ਆ ਤੁਸੀਂ ਅਤੇ ਤੁਹਾਡੇ ਫੈਮਿਲੀ ਉਹ ਤੋਂ ਬਾਅਦ ਲੈ ਸਕਦੀ ਹੈ, ਅਤੇ ਕਿਸੇ ਨੇ ਹਿੰਮਤ ਵੀ ਨਹੀਂ ਛੱਡਣੀ। ਅਤੇ ਹੁਣ ਮਾਰਕੀਟ ਦੇ ਵਿੱਚ ਚੱਲਾ ਜੀ, ਇੱਕ ਹੋਰ ਅਫਵਾਹਾਂ ਬਹੁਤ ਆ ਰਹੀਆਂ ਕਿ ਜਿਨ੍ਹਾਂ ਦੀ AAP ਨਹੀਂ ਆਈ, ਹੁਣ ਇਸ ਟਾਈਮ 'ਤੇ ਜਿਹਦੀ ਰਿਫਿਊਜ਼ਲ ਆ ਗਈ ਆ ਅਤੇ ਹੁਣ ਉਹਨੂੰ ਵੀਜ਼ਾ ਨਹੀਂ ਮਿਲੇਗਾ, ਬਿਲਕੁਲ ਵੀ ਇੱਦਾਂ ਨਹੀਂ ਹੋਊਗਾ। ਇਹ ਜਿਹੜਾ ਸਿਸਟਮ 2-stage ਸਿਸਟਮ ਆ, ਸੇਮ ਉੱਦਾਂ ਹੀ ਕੰਮ ਕਰ ਰਿਹਾ। ਸੋ ਜਿਹੜੀਆਂ ਰਿਫਿਊਜ਼ਲ ਆਉਣ ਪਿੱਛੇ ਦੇ ਵੀ ਕਾਫੀ ਰੀਜ਼ਨਸ ਹੁਣ ਪਤਾ ਲੱਗਣੇ ਸ਼ੁਰੂ ਹੋ ਗਏ ਆ। ਸੋ ਕਿਸੇ ਨੇ ਵੀ ਹਿੰਮਤ ਨਹੀਂ ਛੱਡਣੀ, ਜੇ ਹੁਣ ਵੀ ਰਿਫਿਊਜ਼ਲ ਆਈ ਤਾਂ ਉਹਦਾ ਬਾਅਦ ਵਿੱਚ ਵੀ ਜਿਹੜਾ ਵੀਜ਼ਾ 100% ਵੈਰੀ ਮੱਚ ਪੋਸੀਬਲ ਆ। ਬਟ ਜੇਕਰ ਜਿਹੜੀਆਂ ਰਿਫਿਊਜ਼ਲ ਦੇ ਰੀਜ਼ਨ ਆਏ, ਆਪਾਂ ਉਹਨਾਂ ਸਾਰਿਆਂ ਦੇ ਜੇ ਚੀਜ਼ਾਂ ਦੇ ਜਵਾਬ ਦੇ ਦਿੰਦੇ ਹਾਂ, ਜਿਹੜੀਆਂ ਚੀਜ਼ਾਂ ਦੇ ਕਰਕੇ ਆਪਾਂ ਦੇ ਪਿੱਛੇ ਲੈਕ ਕਰ ਰਹੇ ਸੀ, ਜੇ ਉਹ ਸਾਰੀਆਂ ਨੂੰ ਫੁਲਫਿਲ ਕਰਕੇ ਅਸੀਂ ਫਾਈਲ ਦੁਬਾਰਾ ਲਾਵਾਂਗੇ ਅਤੇ ਜ਼ਰੂਰ ਦੁਬਾਰਾ ਉਹਨਾਂ ਦੇ ਵੀਜ਼ਾਸ ਨਿਕਲਣਗੇ। ਅਤੇ ਬਾਕੀ ਜਿਹੜੀ ਹੁਣ ਮੈਂ ਗੱਲ ਕਰਾਂ ਵੀਜ਼ਾ ਰਿਫਿਊਜ਼ਲਸ ਦੇ ਜਿਹੜੇ ਕਾਰਨਾਂ ਦੀ ਗੱਲ ਕਰਾਂ, ਪ੍ਰੋਫਾਈਲ ਜਿਹੜੇ ਤੁਸੀਂ ਦੇਖੇ ਨੇ ਉਹਨਾਂ ਦੇ ਮੁਤਾਬਕ, ਹਾਂਜੀ, ਜਿੰਨੀਆਂ ਕੁ ਪ੍ਰੋਫਾਈਲਸ ਅਸੀਂ ਦੇਖੀਆਂ, ਸਟੂਡੈਂਟਸ ਹੁਣ ਕਾਫੀ ਘਬਰਾਏ ਹੋਏ ਆ ਅਤੇ ਕਾਫੀ ਡੇਲੀ ਬੇਸਿਸ 'ਤੇ ਹੁਣ ਆਪਣੀਆਂ ਰਿਫਿਊਜ਼ਲਸ ਸ਼ੇਅਰ ਵੀ ਕਰ ਰਹੇ ਆ ਸਾਡੇ ਨਾਲ। ਅਤੇ ਜਿਹੜੀ ਦੇਖੀ ਗਈ, ਜਿੰਨੀਆਂ ਡੱਲਾ ਜੀ ਅਸੀਂ ਤੱਕ ਤੇ ਪਹੁੰਚੇ ਹਾਂ ਕਿ ਮਿਸ ਰੈਪ੍ਰਜੈਂਟੇਸ਼ਨ, ਮੈਂ ਉਹਨੂੰ ਕਹੂੰਗਾ, ਕਿਉਂਕਿ ਜਿਹੜੀਆਂ ਰਿਫਿਊਜ਼ਲ ਜ਼ਿਆਦਾਤਰ ਆਈਆਂ 16 ਪਾਸ ਆਊਟ ਬੱਚੇ, 17-18 ਪਾਸ ਆਊਟ ਬੱਚੇ ਤੱਕ ਦੀਆਂ ਜ਼ਿਆਦਾਤਰ ਰਿਫਿਊਜ਼ਲਸ ਦੇਖਣ ਨੂੰ ਮਿਲ ਰਹੀਆਂ। ਅਤੇ ਕਾਫੀ ਤਰ੍ਹਾਂ ਜਿਹੜੇ ਸਟੂਡੈਂਟਸ ਵੀ ਕਹਿ ਰਹੇ ਆ ਕਿ ਉਹਨਾਂ ਦੇ ਕੰਸਲਟੈਂਟ ਨੇ ਕਹਿਤਾ ਕਿ 18 ਤੱਕ ਤਾਂ ਕੈਨੇਡਾ ਗੈਪ ਚੱਕਦੇ ਆ, ਸੋ ਕੋਈ ਜਸਟੀਫਿਕੇਸ਼ਨ ਨਹੀਂ। ਅਤੇ ਕਈ ਜਿਹੜੀਆਂ ਫਾਈਲਸ ਆ ਵਿਦਆਊਟ SOPs ਵੀ ਲੱਗੀਆਂ, ਨੋ ਡਾਊਟ। ਹੁਣ ਇਹ ਨਹੀਂ ਕਿ 17-18 ਵਾਲੀਆਂ ਸਾਰੀਆਂ ਫਾਈਲਸ ਉੱਡਣੀਆਂ, 20 ਇੱਦਾਂ ਦੇ, ਇਹਨੂੰ ਨੈਗੇਟਿਵ ਇੰਪੈਕਟ ਨਹੀਂ ਲੈਣਾ। ਮੈਂ ਉਹ ਗੱਲ ਕਰ ਰਿਹਾ ਜਿਨ੍ਹਾਂ ਦੀਆਂ ਰਿਫਿਊਜ਼ਲਸ ਆਈਆਂ, ਮਿਸ ਰੈਪ੍ਰਜੈਂਟੇਸ਼ਨ ਸੀ, ਕਲੈਰਿਟੀ ਨਹੀਂ ਦਿੱਤੀ ਗਈ ਸੀਗੀ ਉਹਨਾਂ ਚੀਜ਼ਾਂ 'ਤੇ, ਅਤੇ ਕਿਤੇ ਨਾ ਕਿਤੇ ਜਿਹੜੀਆਂ ਜਿੱਦਾਂ ਲਾ ਲਓ ਕਿ 18 ਤੋਂ ਬਾਅਦ 20 ਤੱਕ ਦੀ ਕੁਛ ਦੱਸਿਆ ਹੀ ਨਹੀਂ ਗਿਆ ਸੀ, ਉਹ ਸਟੂਡੈਂਟ ਨੇ ਕੀ ਕੀਤਾ ਜਾਂ 17 ਤੋਂ ਬਾਅਦ ਉਹਨੂੰ ਵਧੀਆ ਤਰੀਕੇ ਨਾਲ ਪ੍ਰੈਜੈਂਟ ਨਹੀਂ ਕੀਤਾ ਗਿਆ, ਉਹ ਸਾਰੇ ਬੱਚੇ ਰਿਫਿਊਜ਼ ਹੋ ਰਹੇ ਆ। ਅਤੇ ਕਈ ਵਾਰੀ ਨਾ ਹੁਣ ਸਟੂਡੈਂਟ ਕਹਿ ਰਹੇ ਜੀ ਮੇਰੇ ਤਾਂ 7 ਬੈਂਡ ਆਏ ਆ, ਜੋ 2-5 ਵਾਲਿਆਂ ਦੀ ਵੀ AAPs ਆ ਗਈ। ਅਤੇ ਮੈਂ ਸਟੂਡੈਂਟ ਨੂੰ ਕਹੂੰਗਾ, IELTS ਇਕੱਲੀ 'ਤੇ ਵੀਜ਼ਾ ਨਹੀਂ ਨਿਕਲਦਾ, ਨੰਬਰ ਆਫ ਅਦਰ ਫੈਕਟਰਸ 'ਤੇ ਵੀ ਵੀਜ਼ਾ ਡਿਪੈਂਡ ਹੁੰਦਾ। ਜਿਹੜੀ ਕਵਰਿੰਗ ਲੈਟਰ ਅਸੀਂ ਸ਼ੁਰੂ ਤੋਂ ਕਹਿ ਰਹੇ ਹਾਂ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਆ। ਅਤੇ ਹਰ ਸਟੂਡੈਂਟ, ਤੁਸੀਂ ਸਮਾਰਟ ਬੱਚੇ, ਪੜ੍ਹੇ ਲਿਖੇ ਬੱਚੇ ਆ, ਅੱਗੇ ਵੀ ਇਨ ਫਿਊਚਰ ਜਿਨ੍ਹਾਂ ਨੇ ਅਪਲਾਈ ਕਰਨਾ ਜਾਂ ਹੁਣ ਦੁਬਾਰਾ ਕਰਨਾ ਵਾ, ਲੋ ਟਰਾਈ ਕਰਿਆ ਕਰੋ, SOP ਆਪ ਬਣਾਓ, ਆਪਣੇ ਕੰਸਲਟੈਂਟ ਤੋਂ ਰਿਵਾਈਜ਼ ਕਰਾਓ, ਰੈਕਟੀਫਾਈ ਕਰਵਾ ਕੇ ਦੈਨ ਆਪਣੀ ਫਾਈਲ ਲੌਂਚ ਕਰੋ। ਕਿਉਂਕਿ ਇਹ ਜਿਹੜੀਆਂ ਰਿਫਿਊਜ਼ਲ ਦੇਖਣ ਨੂੰ ਮਿਲ ਰਹੀਆਂ, ਇਹ ਕਿਤੇ ਨਾ ਕਿਤੇ ਜਿਹੜੀ ਕਿ ਕਹਿ ਸਕਦੇ ਕਿ ਆਪਾਂ
ਜਿਹੜੀਆਂ ਕਿ ਇਹ ਚੀਜ਼ਾਂ ਦੇ ਉਹਨਾਂ ਨੂੰ ਜਵਾਬ ਨਹੀਂ ਦੇ ਸਕੇ, ਸਿਰਫ ਉਹਨਾਂ ਕਰਕੇ ਇਹ ਚੀਜ਼ਾਂ ਦੀਆਂ ਰਿਫਿਊਜ਼ਲ ਸਾਨੂੰ ਹੁਣ ਦੇਖਣ ਨੂੰ ਮਿਲ ਰਹੀਆਂ। ਸੋ ਮੈਂ ਉਮੀਦ ਕਰੂੰਗਾ ਕਿਸੇ ਨੇ ਵੀ ਹਿੰਮਤ ਨਹੀਂ ਛੱਡਣੀ, ਇੱਕ ਵਾਰੀ ਆਪਣੀ ਪ੍ਰੋਫਾਈਲ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ ਤਾਂ ਕਿ ਅਸੀਂ ਉਹਨੇ ਇੱਕ ਵਾਰੀ ਅਸੈਸ ਕਰਾਂਗੇ ਜ਼ਰੂਰ। ਕੋਈ ਤੁਹਾਡੇ ਤੋਂ ਪੈਸੇ ਨਹੀਂ ਲਵਾਂਗੇ, ਤੁਸੀਂ ਆਪਣਾ ਡਿਸੀਜ਼ਨ ਆਪਣੇ ਫੈਮਿਲੀ ਨਾਲ ਫਿਰ ਲੈਣਾ, ਫਿਰ ਦੌੜਾ ਵੀ ਰਿਫੰਡ ਵਾਲੇ ਪਾਸੇ ਨੂੰ ਤੁਸੀਂ ਜਾਣਾ। ਜਿਹੜੇ ਜਿਹੜੇ ਹੁਣ ਰਿਫਿਊਜ਼ਲ ਆ ਗਏ, ਕੀ ਇਮੀਡੀਏਟ ਤੁਸੀਂ ਰੀਅਪਲਾਈ ਕਰੋਗੇ ਜਾਂ ਉਹਨਾਂ ਦੇ ਤੁਸੀਂ ਡਾਕੂਮੈਂਟਸ ਤਾਂ ਚਲੋ ਦੇਖੋਗੇ, ਕੀ ਰੀਜ਼ਨ ਪਤਾ ਕਰਨ ਲਈ ਹੋਰ ਕੀ ਕਰੋਗੇ? ਸਰ ਡਿਪੈਂਡ ਆ ਸਰ, ਜੇ ਤਾਂ ਕਿਤੇ ਛੋਟੀ ਜਿਹੀ ਗੱਲ ਤੋਂ ਰਿਫਿਊਜ਼ਲ ਆਈ, ਕੋਈ ਲੈਕ ਆਫ ਡਾਕੂਮੈਂਟ ਨਹੀਂ ਉਹਨੇ ਪ੍ਰੋਵਾਈਡ ਕੀਤਾ, ਤਾਂ ਅਸੀਂ ਬਿਲਕੁਲ ਰੀਸੈਂਟ ਅਪਲਾਈ ਕਰਾਂਗੇ ਨਾਲ ਦੀ ਨਾਲ ਹੀ। ਜੇ ਹਾਂ ਉਹਦੇ ਸਟੂਡੈਂਟ ਦੀਆਂ ਪਹਿਲਾਂ ਵੀ ਪਿੱਛੇ ਦੋ ਰਿਫਿਊਜ਼ਲ ਸੀਗੀਆਂ ਜਾਂ 17 ਪਾਸ ਆਊਟ ਬੱਚਾ, ਕੋਈ ਜਸਟੀਫਿਕੇਸ਼ਨ ਆ, ਫਿਰ ਮੈਂ ਹਰ ਸਟੂਡੈਂਟ ਨੂੰ ਕਹੂੰਗਾ ਥੋੜ੍ਹਾ ਜਿਹਾ ਵੇਟ ਜ਼ਰੂਰ ਕਰਨਾ। ਕੇਪਸ ਨੋਟ ਅਪਲਾਈ ਕਰਾਂਗੇ ਤੁਹਾਡੇ, ਜਿਹੜਾ ਕਿ 5000 ਰੁਪਿਆ ਸਿਰਫ ਮੈਕਸੀਮਮ ਉਹਦਾ ਖਰਚਾ ਹੁੰਦਾ। ਟਾਈਮ ਹਾਂਜੀ ਮਹੀਨਾ ਕੁ ਲੱਗਦਾ, ਮਤਲਬ ਸੈਪਟੈਂਬਰ ਇਨਟੇਕ ਤਾਂ ਨਹੀਂ ਪੋਸੀਬਲ ਹੋਊਗਾ? ਸੈਪਟੈਂਬਰ ਇਨਟੇਕ ਫਿਰ ਪੋਸੀਬਲ ਸਰ, ਸਿੱਧੀ ਗੱਲ ਦੱਸਾਂ, ਦੇਰੀ ਹੋ ਜਾਵੇ ਪਰ ਰਿਜ਼ਲਟ ਪੋਜ਼ਿਟਿਵ ਆਵੇ ਉਹਦੇ ਨਾਲ ਦੀ ਰੀਸ ਨਹੀਂ, ਵਿਦਾਊਟ ਕਿਸੇ ਜਸਟ ਕਿਸੇ ਇੱਕ ਕੰਕਲੂਜਨ 'ਤੇ ਪਹੁੰਚੋ ਤਾਂ ਤੁਸੀਂ ਫਾਇਲ ਉੱਦਾਂ ਹੀ ਲੌਂਚ ਕਰ ਦਿਓ। ਟਰਾਈ ਖੇਡਣੀ ਉਹਨੂੰ ਮੈਂ ਜੂਆ ਖੇਡੂੰਗਾ ਅਤੇ ਮੈਂ ਬਿਲਕੁਲ ਨਹੀਂ ਕਹੂੰਗਾ, ਕਿਉਂਕਿ ਇਹ ਸਟੂਡੈਂਟਸ ਨੇ ਆਲਰੇਡੀ ਪਿਛਲੇ ਦੇਖੋ ਜੀ ਫੈਬ ਮਾਰਚ ਤੋਂ ਬੱਚੇ ਰੁਕੇ ਹੋਏ ਸੀਗੇ, ਉਹਨਾਂ ਨੇ ਆਪਣੀਆਂ ਫੀਸਾਂ ਤੱਕ ਉਹਨਾਂ ਦੀਆਂ ਡਿਪੋਜ਼ਿਟ ਹੋਈਆਂ ਸੀ, ਉਹਨਾਂ ਦੇ ਪੇਰੈਂਟਸ ਦੀਆਂ ਉਮੀਦਾਂ, ਉਹਨਾਂ ਦੀਆਂ ਆਪ ਦੀਆਂ ਉਮੀਦਾਂ ਲੱਗੀਆਂ ਸੀ। ਜਦੋਂ ਉਮੀਦ ਟੁੱਟ ਰਹੀ ਹੈ ਜੀ, ਦੁੱਖ ਤਾਂ ਜ਼ਰੂਰ ਲੱਗਦੇ, ਨੋ ਡਾਊਟ, ਇਸ ਮੰਚ 'ਤੇ ਬੈਠ ਕੇ ਕਿਸੇ ਨੂੰ ਸਮਝਾਉਣਾ ਬਹੁਤ ਸੌਖਾ ਲੱਗਦਾ ਕਿ ਹਿੰਮਤ ਨਾ ਛੱਡ, ਬਟ ਜਿਹਦੇ 'ਤੇ ਬੀਤਦੀ ਆ ਉਹਨੂੰ ਫੀਲ ਹੁੰਦਾ। ਸੋ ਇਸ ਲਈ ਮੈਂ ਕਹੂੰਗਾ ਕਿ ਕਾਹਲੀ ਨਹੀਂ ਕਰਨੀ, ਇੱਕ ਵਾਰੀ ਅਸੈਸ ਜ਼ਰੂਰ ਕਰਾਓ, ਹੋ ਸਕਦਾ ਕਿ ਅਸੀਂ ਨਾਲ ਦੀ ਨਾਲ ਤੁਹਾਡੀ ਫਾਈਲ ਹੁਣੀ ਅਪਲਾਈ ਕਰ ਦਈਏ, ਬਟ ਨੋਟ ਇਨ ਆਲ ਦਾ ਕੇਸਿਸ, ਹਰ ਕਈ ਕੇਸਾਂ 'ਤੇ ਕੇਪਸ ਨੋਟ ਵੀ ਸਾਨੂੰ ਮੰਗਾਉਣੇ ਪੈ ਸਕਦੇ ਆ। ਬਿਲਕੁਲ ਠੀਕ ਹੈ ਜੀ, ਸੋ ਕਈ ਕੇਸਿਸ ਦੇ ਵਿੱਚ ਕੇਪਸ ਨੋਟ ਆ ਜਿਹੜੇ ਉਹ ਵੀ ਮੰਗਾਉਣੇ ਪੈ ਸਕਦੇ ਨੇ। ਔਰ ਤੁਹਾਡੀ ਕੋਸ਼ਿਸ਼ ਕੀ ਹੈ ਵੀ ਹੁਣ ਜਿਹੜੇ ਸਟੂਡੈਂਟਸ ਦੀ ਰਿਫਿਊਜ਼ਲ ਆ ਗਈ, ਅਗਰ ਕੇਪਸ ਨੋਟ ਵੀ ਆ ਜਾਂਦੇ ਨੇ ਜਾਂ ਹੋਰ ਰੀਜ਼ਨ ਤੁਹਾਨੂੰ ਪਤਾ ਲੱਗਦੇ ਨੇ ਤੁਸੀਂ ਜੋ ਓਬਜ਼ਰਵ ਕਰਦੇ ਹੋ, ਫਿਰ ਜਨਵਰੀ ਇਨਟੇਕ ਲਈ ਹੁਣ ਅਪਲਾਈ ਕਰੋਗੇ ਜਾਂ ਮਈ ਇਨਟੇਕ ਬਾਰੇ ਕੰਸਿਡਰ ਕਰੋਗੇ? ਸਰ ਜਨਵਰੀ ਇਨਟੇਕ ਲਈ ਵੀ ਪੋਸੀਬਲ ਹੋ ਸਕਦਾ, ਕੋਈ ਇੱਦਾਂ ਦੀ ਗੱਲ ਨਹੀਂ, ਕਿਉਂਕਿ ਇੱਕ ਵਾਰੀ ਜਦੋਂ ਸਾਡੇ ਕੋਲ, ਮੈਂ ਤਾਂ ਹੀ ਕਹਿ ਰਿਹਾ, ਇੱਕ ਵਾਰੀ ਅਸੈਸ ਸਾਡੇ ਕੋਲ ਜ਼ਰੂਰ ਕਰਾਓ। ਵਿਦਆਊਟ ਅਸੈਸ ਕੀਤੇ ਮੈਂ ਕਿਸੇ ਸਟੂਡੈਂਟ ਨੂੰ ਗਾਈਡ ਨਹੀਂ ਕਰ ਸਕਦਾ, ਕਿਉਂਕਿ ਜੇ ਅਸੀਂ ਉਹਨੂੰ ਪਹਿਲੇ ਇਨੀਸ਼ੀਅਲ ਅਸੈਸ ਕਰ ਸਕਦੇ, ਅਸੀਂ ਨਾਲ ਦੀ ਨਾਲ ਉਹਦੀ ਡੈਫਰ ਜਨਵਰੀ ਇਨਟੇਕ ਲਈ ਆਪਾਂ ਮੰਗਵਾ ਸਕਦੇ ਹਾਂ ਅਤੇ ਨਾਲ ਦੀ ਨਾਲ ਕੇਪਸ ਨੋਟ ਅਪਲਾਈ ਕਰ ਦਿੰਦੇ ਜਦੋਂ ਕੇਪਸ ਨੋਟ ਆ ਜਾਣਗੇ, ਕਿਉਂਕਿ ਕਵਰਿੰਗ ਲੈਟਰ ਸਰ ਬਹੁਤ ਜ਼ਿਆਦਾ ਇੰਪੋਰਟੈਂਟ ਰੇਪ ਲਈ ਕਰਦੀ, ਅਤੇ ਕੇਪ ਨੋਟਸ ਵਿੱਚ ਤਕਰੀਬਨ ਸਾਰਾ ਕੁਝ ਕਲੀਅਰਲੀ ਉਹ ਦੱਸਣਗੇ ਕਿ ਕਿਉਂ ਰਿਫਿਊਜ਼ਲਸ ਲੱਗੀ ਆ, ਕਿਹੜੇ ਕਿਹੜੇ ਰੀਜ਼ਨ ਸੀਗੇ, ਅਤੇ ਜਦੋਂ ਅਸੀਂ ਇਕੱਲੇ ਇਕੱਲੇ ਰੀਜ਼ਨ ਦਾ ਪ੍ਰੋਪਰ ਉਹਨਾਂ ਦਾ ਜਵਾਬ ਦੇਵਾਂਗੇ ਤਾਂ ਵੀਜ਼ਾ ਲੈਣਾ ਦੇ ਜਿਹੜੇ ਚਾਂਸਿਸ ਆ ਬਹੁਤ ਹਾਈ ਹੋ ਜਾਂਦੇ ਆ। ਬਿਲਕੁਲ ਠੀਕ ਹੈ ਜੀ, ਹੁਣ ਹਾਈਬ੍ਰਿਡ ਕੋਰਸਿਸ ਦੀ ਵੀ ਗੱਲ ਕਰ ਲਈਏ, ਬਹੁਤ ਸਾਰੇ ਸਟੂਡੈਂਟਸ ਨੇ ਜਿਨ੍ਹਾਂ ਨੂੰ AIPI ਆਏ ਨੇ, ਹਾਈਬ੍ਰਿਡ ਕੋਰਸਿਸ ਨੇ, ਔਨਲਾਈਨ ਪੜ੍ਹਾਈ ਵੀ ਕਰਨਾ ਚਾਹ ਰਹੇ ਨੇ, ਪਰ ਬਹੁਤ ਵੱਡੀ ਕਨਫਿਊਜ਼ਨ ਉੱਥੇ ਪੈਦਾ ਹੋਈ ਹੋਈ ਹੈ। ਬਿਲਕੁਲ ਜੀ, AIPI ਮੈਂ ਤੁਹਾਨੂੰ ਪਹਿਲਾਂ ਮੈਂ ਦੱਸ ਦੇਵਾਂ ਕਿ AIPI ਇੱਕ ਆਲਰੇਡੀ ਆਪਣੇ ਆਪ 'ਚ ਇੱਕ ਵੀਜ਼ਾ ਹੀ ਆ। ਕੱਲ੍ਹ ਵੀ ਵੈਬੀਨਾਰ ਹੋਇਆ, ਰੋਜ਼ ਤਕਰੀਬਨ ਦਾ ਵੈਬੀਨਾਰ ਕਾਫੀ ਹੁੰਦੇ ਆ, ਅਤੇ ISCC ਨੇ ਕਲੀਅਰ ਵੀ ਕੀਤਾ ਸੈਕਿੰਡ ਜਿਹੜੀ ਸਟੇਜ 'ਤੇ ਵੀਜ਼ਾ ਚਾਂਸਿਸ ਬਹੁਤ ਘੱਟ ਆ। AIPI ਸਟੂਡੈਂਟਸ ਨੂੰ ਕਿਉਂ ਅਪਰੂਵ ਹੋ ਰਹੀ ਆ? ਔਨਲਾਈਨ ਰਿਫਿਊਜ਼ਲ ਦੇ ਚਾਂਸਿਸ ਘੱਟ ਆ, ਬਹੁਤ ਘੱਟ ਆ। ਹਾਂਜੀ, ਅਤੇ ISCC ਵੀ ਕਹਿੰਦੇ ਵੀ ਆਲਮੋਸਟ ਇਹ ਵੀਜ਼ੇ ਵਰਗਾ ਹੀ ਹੈ। ਬਿਲਕੁਲ ਜੀ, 100% ਉਹ ਕਹਿ ਰਹੇ ਜੀ ਆਲਮੋਸਟ ਇਹ ਵੀਜ਼ੇ ਹੀ ਵਰਗਾ। ਕੱਲ੍ਹ ਦੇ ਵੈਬੀਨਾਰ ਦੇ ਵਿੱਚ ਵੀ ਦੁਬਾਰਾ ਵੀ ਉਹਨਾਂ ਨੇ ਇਹ ਚੀਜ਼ ਕਿਹਾ ਕਿ ਆਲਮੋਸਟ ਇਹ ਵੀਜ਼ੇ ਵਰਗਾ, ਜਿਹੜੇ 3 ਫੈਕਟਰ ਆ ਐਡਮਿਸੀਬਿਲਿਟੀ ਦੇ, ਸਿਰਫ ਉਹਨਾਂ ਕਰਕੇ ਹੀ ਉਹ ਤੁਸੀਂ ਆਪ ਆਪਣੇ ਆਪ ਨੂੰ ਸੈਲਫ ਅਸੈਸਮੈਂਟ ਕਰ ਸਕਦੇ ਆ ਕਿ ਤੁਸੀਂ ਕੋਈ ਫਾਲਸ ਸਟੇਟਮੈਂਟ ਤਾਂ ਲਾਈ, ਬਾਇਓਮੈਟ੍ਰਿਕ ਤੁਹਾਡੀ PCC ਆ, ਅਤੇ ਕੋਈ ਤੁਹਾਡੇ 'ਤੇ ਕੇਸ ਤਾਂ ਨਹੀਂ ਚੱਲਣ ਦਿਆ, ਮਤਲਬ ਉਹ ਰਿਕਾਰਡ ਤਾਂ ਨਹੀਂ ਤੁਹਾਡੇ 'ਤੇ ਕੋਈ, ਉਹ ਚੀਜ਼ਾਂ ਕਰਕੇ ਹੀ ਸਿਰਫ ਰਿਫਿਊਜ਼ ਹੋਗਾ, ਅਦਰਵਾਈਜ਼ ਕੋਈ ਚਾਂਸ ਨਹੀਂ ਹੈਗਾ। ਤੋ AIPI ਬੱਚਿਆਂ ਨੂੰ ਇਸ਼ੂ ਹੋ ਰਹੀ ਹੈ ਸਰ ਔਨਲਾਈਨ ਕਲਾਸਿਸ ਲਈ, ਅਤੇ ਮੈਂ ਬੜਾ ਖੁਸ਼ ਹਾਂ ਕਿ ਬੱਚੇ ਔਨਲਾਈਨ ਦੇ ਵੱਲ ਨੂੰ ਹੁਣ ਥੋੜ੍ਹਾ ਜਿਹਾ ਇੰਟਰਸਟ ਵੀ ਦਿਖਾ ਰਹੇ ਕਿ ਔਨਲਾਈਨ ਪੜ੍ਹਨ, ਬਟ ਹੁਣ ਜਿਹੜੀਆਂ ਕਈ ਸਟੂਡੈਂਟਸ ਦੀਆਂ ਜੈਨੂਅਨ ਪ੍ਰੋਬਲਮ ਵੀ ਕਿ ਬਹੁਤ ਵੱਡਾ ਕੌਜ਼ ਆ ਜਿਹੜਾ ਕਿ ਹੁਣ ਉਹਨਾਂ ਦਾ ਕੋਰਸ ਹੀ ਹਾਈਬ੍ਰਿਡ ਆ। ਹਾਈਬ੍ਰਿਡ ਬਾਰੇ ਥੋੜ੍ਹਾ ਜਿਹਾ ਦੱਸੂੰਗਾ, ਬਾਕੀ ਸਟੂਡੈਂਟਸ ਨੂੰ ਪਤਾ ਵੀ ਹੋਊਗਾ, ਥੋੜ੍ਹਾ ਦੱਸੂੰਗਾ ਕਿ ਜਿਨ੍ਹਾਂ ਦੀ ਪੜ੍ਹਾਈ ਪ੍ਰੈਕਟੀਕਲੀ ਜਾਂ ਔਨਲਾਈਨ ਪੋਸੀਬਲ ਹੀ ਨਹੀਂ, ਜਿੱਦਾਂ ਕਹਿ ਸਕਦੇ ਕਿਉਂਕਿ ਟੈਕਨੀਸ਼ੀਅਨ ਆ, ਕਿਉਂਕਿ ਕਿਸੇ ਤਰ੍ਹਾਂ ਵੀ ਕੰਪਿਊਟਰ ਟੈਕਨੀਸ਼ੀਅਨ ਜਾਂ ਮਕੈਨੀਕਲ ਟੈਕਨੀਸ਼ੀਅਨ ਆ, ਜੇ ਕਿਸੇ ਤਰ੍ਹਾਂ ਦੇ ਵੀ ਨੰਬਰ ਆਫ ਕੋਰਸਿਸ ਆ, ਕਿਉਂਕਿ ਟਰੈਵਲ ਸਿਰਫ ਉਹੀ ਬੱਚੇ ਕਰ ਸਕਦੇ ਆ ਜਿਹੜੇ ਟਰੈਵਲ ਬੈਨ ਤੋਂ ਬਾਹਰ ਆਉਂਦੇ। ਅੱਜ ਦੀ ਡੇਟ ਸਿਰਫ 18 ਮਾਰਚ ਤੋਂ ਜਿਹੜੇ ਪਹਿਲੇ ਵਾਲੇ ਬੱਚੇ ਆ ਉਹੀ ਟਰੈਵਲ ਐਗਜ਼ੈਮਪਸ਼ਨ ਤੋਂ ਬਾਹਰ ਆਉਂਦੇ ਆ, ਉਸ ਤੋਂ ਬਾਅਦ ਜਿੰਨੇ ਵੀ ਬੱਚੇ APs ਆਈਆਂ ਇਹਨਾਂ ਸਾਰੇ ਬੱਚੇ ਹਜੇ ਟਰੈਵਲ ਨਹੀਂ ਕਰ ਸਕਦੇ। ਅਤੇ ਜਿਹੜੇ ਹਾਈਬ੍ਰਿਡ ਕੋਰਸਿਸ ਆ ਜਿਨ੍ਹਾਂ ਦੇ ਕੋਲ ਸਟੂਡੈਂਟ ਕੋਲ ਆਪਸ਼ਨਸ ਹੀ ਨਹੀਂ ਹੈਗੀਆਂ, ਸਾਲ ਸਾਲ ਦੇ ਸਟੂਡੈਂਟਸ ਦੇ ਕੋਰਸਿਸ ਆ ਅਤੇ ਉਹ ਨਹੀਂ ਪੜ੍ਹ ਸਕਦੇ ਔਨਲਾਈਨ, ਕੋਲ ਆਪਸ਼ਨਸ ਹੀ ਨਹੀਂ ਆ, ਅਤੇ ਸਭ ਤੋਂ ਸਰ ਇਹਦਾ ਜਿਹੜਾ ਇੱਕ ਹੋਰ ਡਰੋਬੈਕ ਆ, ਉਹਨਾਂ ਕਾਲਜ ਸਕੂਲ ਸਰ ਕੋਰਸ ਹੀ ਨਹੀਂ ਹੈਗਾ, ਉਹ ਵਾਲਾ ਸੇਮ ਕੋਰਸ ਨੈਕਸਟ ਸਪਟੰਬਰ ਦੇ ਵਿੱਚ ਆ। ਸੋ ਮੈਂ ਪ੍ਰੈਕਟੀਕਲੀ ਇਹ ਚੀਜ਼ ਨੂੰ ਮਤਲਬ ਕਿ ਬਿਲਕੁਲ ਵੀ ਸਟੂਡੈਂਟ ਨਹੀਂ ਕਹੂੰਗਾ ਕਿ ਨੈਕਸਟ ਸਪਟੰਬਰ ਤੱਕ ਵੇਟ ਕਰਨ, ਕਿਉਂਕਿ ਸਟੂਡੈਂਟਸ ਕਈ ਇੱਦਾਂ ਦੇ ਸੀ, ਕੱਲ੍ਹ ਵੀ ਫੋਨ ਹੋਏ, ਉਹਨਾਂ ਨੇ ਜਨਵਰੀ ਦੀ ਫੀਸ
ਸੇਮ ਕਾਲਜ ਦੇ ਵਿੱਚ ਆਪਣਾ ਕੋਰਸ ਚੇਂਜ ਕਰਕੇ ਆਪਣੀ ਔਨਲਾਈਨ ਕਲਾਸਿਸ ਵੀ ਸਟਾਰਟ ਕਰ ਸਕਦੇ ਆ ਜਾਂ ਆਪਣਾ ਕਾਲਜ ਵੀ ਚੇਂਜ ਕਰ ਸਕਦੇ ਆ। ਬਟ ਉਹਨਾਂ ਕੇਸਿਸ ਦੇ ਵਿੱਚ ਮੈਂ ਬਾਰ ਬਾਰ ਹਰ ਵੀਡੀਓ ਦੇ ਵਿੱਚ ਹਰ ਜਿਹੜੇ ਮੇਰੇ ਨਾਲ ਗੱਲ ਵੀ ਹੁੰਦਾ ਕਿ ਅਪਡੇਟ ਜ਼ਰੂਰ ਕਰਨੀ ਆ। ਵਰਬਲ ਕਮਿਊਨੀਕੇਸ਼ਨ ਤੁਹਾਡਾ ਕੰਸਲਟੈਂਟ ਕਹਿੰਦਾ ਕੋਈ ਗੱਲ ਨਹੀਂ ਆਪਾਂ ਬਾਅਦ 'ਚੋਂ ਕਰ ਦਿੰਦੇ, ਪਲੀਜ਼ ਉਹ 'ਚ ਨੁਕਸਾਨ ਤੁਹਾਡਾ ਹੋਊਗਾ, ਕਿਸੇ ਹੋਰ ਦਾ ਨਹੀਂ ਹੋਣਾ, ਮੇਰਾ ਨਹੀਂ ਹੋਣਾ, ਤੁਹਾਡੇ ਕੰਸਲਟੈਂਟ ਦਾ ਨਹੀਂ ਹੋਣਾ। ਕੋਈ ਵੀ ਤੁਸੀਂ ਕੋਈ ਸਟੈਪ ਚੱਕਦੇ ਆ, ਤੁਸੀਂ ਡੈਫਰਮੈਂਟ ਲੈਂਦੇ ਆ ਜਾਂ ਨਹੀਂ ਲੈਂਦੇ ਆ, ਅਪਡੇਟ ਜ਼ਰੂਰ ਕਰਨਾ ਜੇ ਡੈਫਰਮੈਂਟ ਲੈਂਦੇ ਆ। ਹਾਈਬ੍ਰਿਡ ਕੋਰਸਿਸ ਦੇ ਵੀ ਜਿਹੜੇ ਸਟੂਡੈਂਟ ਆਪਸ਼ਨਸ ਆ ਉਹ ਆਪਣੇ ਸੇਮ ਕਾਲਜ ਦੇ ਵਿੱਚ ਵੀ ਕੋਰਸ ਚੇਂਜ ਕਰਕੇ ਜਿਹੜੇ ਔਨਲਾਈਨ ਕੋਰਸਿਸ ਦੀ ਫੈਸਿਲਿਟੀ ਆ ਉਹ ਵੀ ਲੈ ਸਕਦੇ ਆ, ਅਤੇ ਨਾਲ ਪਰ ਉਹਨਾਂ ਨੂੰ ਕੀ ਕਰਨਾ ਪਊਗਾ, ਨਾਲ ਦੀ ਨਾਲ ਅਪਡੇਟ ਕਰਨਾ ਪਊਗਾ ਅੰਬੈਸੀ ਨੂੰ। ਅਤੇ ਜੇ ਉਹਨਾਂ ਕੋਲ ਨਹੀਂ ਕੋਰਸ ਉਹੀ ਕੋਰਸ ਕਰਨਾ ਚਾਹੁੰਦੇ ਆ, ਦੈਨ ਫਿਰ ਉਹਨਾਂ ਕੋਲ ਆਪਸ਼ਨ ਬਚਦੀ ਆ ਕਾਲਜ ਚੇਂਜ ਕਰ ਲਓ। ਜਿਹੜਾ ਕਾਲਜ ਜਨਵਰੀ ਦੇ ਵਿੱਚ ਉਹ ਵਾਲਾ ਸੇਮ ਕੋਰਸ ਅਪਲਾਈ ਕਰ ਤੁਹਾਨੂੰ ਆਪਸ਼ਨ ਦਿੰਦਾ ਵਾ, ਤੁਸੀਂ ਉਹਦੇ ਵਿੱਚ ਅਪਲਾਈ ਕਰ ਸਕਦੇ ਆ। ਹੋ ਸਕਦਾ ਵਾ ਕਿ ਤੁਹਾਡੀ ਰੀਅਸੈਸਮੈਂਟ ਹੋ ਸਕਦੀ ਫਾਈਲ ਦੀ, ਬਟ ਉਹਦੇ ਵਿੱਚ ਤੁਸੀਂ ਕੁਛ ਨਹੀਂ, ਬਟ ਜਸਟੀਫਾਈ ਆਪਣੇ ਕੋਲ, ਤੁਹਾਡੇ ਕੋਲ ਸਾਰਾ ਪਰੂਫ ਹੈਗਾ ਵਾ ਆਫਟਰ EAP ਕਿ ਤੁਹਾਡੇ ਕੋਲ ਕਾਲਜ ਨਹੀਂ ਦੇ ਰਿਹਾ ਤੁਹਾਨੂੰ ਔਨਲਾਈਨ ਕਲਾਸਿਸ ਨਹੀਂ ਦੇ ਰਿਹਾ, ਬਟ ਤੁਸੀਂ ਪੜ੍ਹਨਾ ਚਾਹੁੰਦੇ ਸੀਗੇ। ਜੇਕਰ ਤੁਸੀਂ ਕਾਲਜ ਵੀ ਚੇਂਜ ਕਰੋਗੇ ਤਾਂ ਮੈਨੂੰ ਨਹੀਂ ਲੱਗਦਾ ਕਿਸੇ ਤਰ੍ਹਾਂ ਨੂੰ ਪ੍ਰੋਬਲਮ ਨਹੀਂ ਆਊਗੀ। ਬਟ ਜਿਹੜੀ ਚੀਜ਼, ਸਿਰਫ ਇੱਕ ਚੀਜ਼ ਦਾ ਖਿਆਲ ਰੱਖਣਾ ਵਾ, ਅਪਡੇਟ IRCC ਨੂੰ ਨਾਲ ਦੀ ਨਾਲ ਕਰਨਾ ਵਿਦਆਊਟ ਐਨੀ ਡਿਲੇ, ਕਿਉਂਕਿ ਡਿਲੇ ਜੇ ਕਰੋਗੇ ਉਹ ਤੁਹਾਨੂੰ ਜਦੋਂ ਤੁਸੀਂ ਟਰੈਵਲ ਕਰੋਗੇ ਤਾਂ ਜ਼ਰੂਰ ਉਹਦੇ ਵਿੱਚ ਤੁਹਾਨੂੰ ਪ੍ਰੋਬਲਮ ਆ ਸਕਦੀ ਹੈ। ਬਿਲਕੁਲ ਜੀ, ਸੋ ਬਹੁਤ ਇੰਪੋਰਟੈਂਟ ਅਪਡੇਟ ਨੇ ਜਿਹੜੇ ਸਾਰੇ ਇਸ਼ੂਜ਼ ਦੇ ਉੱਤੇ ਤੀਰਥ ਸਿੰਘ ਜੀ ਨੇ ਸਾਡੇ ਨਾਲ ਸਾਂਝੇ ਕੀਤੇ ਨੇ। ਸੋ ਮੈਨੂੰ ਇਹ ਲੱਗਦਾ ਕਿ ਨਿਸ਼ਚਿਤ ਤੌਰ ਦੇ ਉੱਤੇ ਸਟੂਡੈਂਟਸ ਨੂੰ ਕਾਫੀ ਜ਼ਿਆਦਾ ਫਾਇਦਾ ਇਸ ਸ਼ੋਅ ਤੋਂ ਹੋਏਗਾ। ਤੀਰਥ ਜੀ, ਜਿਨ੍ਹਾਂ ਬੱਚਿਆਂ ਦੀ ਰਿਫਿਊਜ਼ਲ ਨਹੀਂ ਹੈ ਉਹ ਹੁਣ ਜਨਵਰੀ ਲਈ ਕਿੰਨਾ ਕੁ ਚੰਗਾ ਮੌਕਾ ਹੈ? ਜਨਵਰੀ ਲਈ ਕਿੰਨੇ ਕੁ ਦਿਨ ਹੈਗੇ ਨੇ ਜਨਵਰੀ ਦੇ? ਜਨਵਰੀ ਇੰਡੇਕ ਜਿਹੜੇ ਬੱਚੇ ਨੇ ਹਜੇ ਅਪਲਾਈ ਨਹੀਂ, ਵੀ ਦੱਸ ਦਿਓ ਜਿਨ੍ਹਾਂ ਨੇ ਅਪਲਾਈ ਕਰਨਾ। ਹਾਂਜੀ, ਉਹਨਾਂ ਲਈ ਹਜੇ ਸਪਟੰਬਰ 'ਚ ਵੀ ਜਿਹਨੇ ਅਪਲਾਈ ਕਰਨਾ ਸਰ, ਹਜੇ ਵੀ ਹੈਗਾ ਕਿਉਂਕਿ ਸਪਟੰਬਰ ਦੇ ਵਿੱਚ ਸੀਟਸ ਕਾਫੀ ਖਾਲੀ, ਕਾਫੀ ਬੱਚਿਆਂ ਨੇ ਆਲਰੇਡੀ ਅਪਲਾਈ ਕਰ ਸਕਦੇ। ਜਿਹੜੇ ਬੱਚਿਆਂ ਨੇ ਸਾਰਾ ਕੁਝ ਕੀਤਾ ਹੋਇਆ ਵਾ, ਉਹਨਾਂ ਕੋਲ ਫੀਸ ਆਪਣੀ ਰੈਡੀ ਪਈ ਆ, ਉਹ ਹਜੇ ਵੀ ਸਪਟੰਬਰ ਇਨਟੇਕ ਉਹਨਾਂ ਕੋਲ ਚਾਂਸ ਹੈਗਾ ਅਪਲਾਈ ਕਰ ਸਕਦੇ ਆ। ਅਤੇ ਜਨਵਰੀ ਇਨਟੇਕ ਵੀ ਜੇ ਤੁਸੀਂ ਹਜੇ ਵੇਟ ਕਰਦੇ ਆ ਸਿਚੁਏਸ਼ਨ ਦੀ ਸਹੀ ਹੋਣ ਨੂੰ, ਤਾਂ ਮੈਂ ਕਦੇ ਕਹੂੰਗਾ ਕਿ ਜਨਵਰੀ ਇਨਟੇਕ ਦਾ ਮੌਕਾ ਵੀ ਤੁਹਾਡੇ ਤੋਂ ਖੁੰਝ ਜਾਏਗਾ, ਕਿਉਂਕਿ ਜਨਵਰੀ ਇਨਟੇਕ ਦਾ ਲੋਡ ਆਲਰੇਡੀ ਮਈ ਦੇ ਜਿਹੜੇ ਸਪਟੰਬਰ ਦੇ ਬੱਚੇ ਸਾਰੇ ਜਨਵਰੀ ਦੇ ਵਿੱਚ ਫਿੱਟ ਜ਼ਿਆਦਾਤਰ ਹੋ ਚੁੱਕੇ ਆ। ਸੋ ਜੇਕਰ ਤੁਸੀਂ ਜਨਵਰੀ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਜ਼ਰੂਰ ਜਲਦੀ ਤੋਂ ਜਲਦੀ ਅਪਲਾਈ ਕਰੋ। ਹਜੇ ਕਈ ਬੱਚਿਆਂ ਨੇ ਆਇਲਸ ਨਹੀਂ ਦਿੱਤੀ ਹੋਈ ਸਰ, ਉਹਨਾਂ ਬਾਰੇ ਮੈਂ ਕਹੂੰਗਾ ਕਿ ਕਾਫੀ ਜਿਹੜੇ ਕਾਲਜਸ ਹੈਗੇ ਆ ਆਇਲਸ ਦੇ ਟੈਸਟ ਦੀ ਜਿਹੜੀ ਰਿਸਿਪਟ ਹੈਗੀ ਆ ਉਹਦੀ, ਉਹ ਤੋਂ ਵੀ ਤੁਹਾਨੂੰ ਕੰਡੀਸ਼ਨਲ ਆਫ ਲੈਟਰ ਦੇ ਦਿੰਦੇ ਆ। ਜਦੋਂ ਤੁਸੀਂ ਤੁਹਾਡਾ ਟੈਸਟ ਆ ਜਾਵੇ, ਤੁਹਾਡਾ ਟੈਸਟ ਦਾ ਰਿਜ਼ਲਟ ਆ ਜਾਂਦਾ, ਤੁਸੀਂ ਉਹਨੂੰ ਅਨਕੰਡੀਸ਼ਨਲ ਕਰਵਾ ਕੇ ਆਪਣੀ ਫੀ ਪੇਮੈਂਟ ਕਰਕੇ LOA ਲੈ ਕੇ ਤੁਸੀਂ ਆਪਣੀ ਫਾਈਲ ਲਾਓ ਜਨਵਰੀ ਲਈ ਕਰ ਸਕਦੇ ਆ। ਬਟ ਹੁਣ ਜਿਹੜਾ ਟਾਈਮ ਆ ਆਪਣੀ ਸੀਟ ਰਿਜ਼ਰਵ ਕਰਨ ਦਾ ਵਾ ਜ਼ਰੂਰ, ਜੇਕਰ ਤੁਸੀਂ ਜਨਵਰੀ ਲਈ ਜਾਣਾ ਚਾਹੁੰਦੇ ਆ, ਕਿਉਂਕਿ ਹੁਣ ਕਾਲਜਸ ਮਈ ਨੂੰ ਵੀ ਫੋਕਸ ਕਰਨੇ ਸ਼ੁਰੂ ਕਰਦੇ ਆ ਕਿ ਮਈ ਦੀਆਂ ਮੇਜ਼ ਵੀ ਆ ਰਹੀਆਂ, ਹੁਣ ਤੁਸੀਂ ਮਈ ਲਈ ਵੀ ਹੁਣੇ ਵੀ ਅਪਲਾਈ ਕਰ ਸਕਦੇ। ਬਟ ਜਿਹੜਾ ਹੁਣ ਟਾਈਮ ਆ, ਮੈਂ ਹਰ ਸਟੂਡੈਂਟ ਨੂੰ ਕਹੂੰਗਾ ਤੁਸੀਂ ਜਨਵਰੀ 'ਚ ਜਾਣਾ ਜਾਂ ਮਈ 'ਚ ਜਾਣਾ, ਆਪਣੀਆਂ ਸੀਟ ਇੱਕ ਵਾਰੀ ਜ਼ਰੂਰ ਕਨਫਰਮ ਕਰ ਲਓ। ਚਲੋ, ਥੈਂਕ ਯੂ ਸੋ ਮਚ ਜੀ, ਬੜੀ ਵੈਲਿਊਏਬਲ ਇਨਫੋਰਮੇਸ਼ਨ ਆ ਜਿਹੜੀ ਤੀਰਥ ਜੀ ਨੇ ਸਾਂਝੀ ਕੀਤੀ ਹੈ। ਕੋਈ ਕਨਫਿਊਜ਼ਨ ਹੈ ਤਾਂ ਫੋਨ ਕਰੋ, ਕੋਈ ਕਲੈਰੀਫਿਕੇਸ਼ਨ ਚਾਹੀਦੀ ਹੈ ਤਾਂ ਵੀ ਤੁਸੀਂ ਤੀਰਥ ਜੀ ਨੂੰ 85578 85578 'ਤੇ ਟੈਲੀਫੋਨ ਕਰ ਸਕਦੇ ਹੋ। ਥੈਂਕ ਯੂ ਸੋ ਮਚ ਤੀਰਥ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ।